ਵੀ ਨਹੀਂ ਕਦੇ ਹਲੀ ਨਾ ਹੀ ਸਾਨੂੰ ਐਲਾਨ ਦੀ ਜ਼ਰੂਰਤ ਵੀ ਨਹੀਂ ਪਈ ਕਦੇ ਕਿਸੇ ਦੀ ਕਿਉਂਕਿ ਸਰ ਜਦੋਂ ਦੀ ਬੀਜੇਪੀ ਬਣੀ ਹੈ ਸਾਡਾ ਜੀ ਨਾ ਚਾਰ ਚਾਰ ਦਿਨ ਸਾਨੂੰ ਰੋਟੀ ਖਾਣੀ ਨਹੀਂ ਸੀ ਮਿਲਦੇ ਮਾਰਕੀਟ ਰੇਟ ਮਿਲਦਾ ਤੇ ਤੁਸੀਂ ਕਿਸੇ ਨਾਲ ਅਸੀਂ ਇਹਨਾਂ ਨੂੰ ਤਰੀਕੇ ਨਾਲ ਵੀ ਕਿਹਾ ਗਿਆ ਸੀ ਅਸੀਂ ਤੁਹਾਨੂੰ ਛੱਡਾਂਗੇ ਪਿਆਰ ਫੋਟੋ ਖਿੱਚੀਆਂ ਟੀਮ ਨੂੰ ਲੈ ਕੇ ਤਹਿਸੀਲਦਾਰ ਫਲਾਣਾ ਫਲਾਣਾ ਲੈ ਕੇ ਉੱਥੇ ਫੋਟੋ ਖਿੱਚਦੇ ਪਏ ਉਹ ਵਾਲੇ ਪਲੰਥ ਪਰ ਫੋਟੋ ਖਿੱਚਣੇ ਡੀਸੀ ਗਈ ਡੀਸੀ ਮੈਡਮ ਅੰਦਰ ਸੀ ਪੂਰਾ ਦਿਨ ਤਮਾਸ਼ਾ ਦਿਖਦੀ ਸੀ ਜਿਹੜੇ ਬਾਹਰ ਗਈ ਨਾ ਚੋਣਾ ਉਹ ਘਰ ਬੈਠੇ ਨੇ ਅਸੀਂ ਲੋਕ ਧਰਤੀ ਦਾ ਕਰਨੇ ਸੁਣ ਅਸੀਂ ਕੀ ਕਰਾਂ ਤੁਹਾਡਾ ਲੱਖੋ ਕੀਤਾ ਅਰੇ ਸਰ ਸਾਡਾ ਟੁੱਟ ਗਿਆ ਸੀ ਜੋ ਵੀ ਹੋਣਾ ਹੋ ਗਿਆ ਨੇ ਕਿਸੇ ਦਾ ਬਹੁਤ ਸ਼ੁਕਰਗੁਜ਼ਾਰ ਜੀ ਕਿ ਸਾਨੂੰ ਆਣ ਕੇ ਇਹਦਾ ਸਾਡੀ ਕਬਰ ਹੈ ਉਸ ਦੇ ਨਾਲ 4 ਵਜੇ ਨਾਲ 4 ਸਾਢੇ 4 ਵਜੇ ਨਾਲ ਆਇਆ ਲੇਕਿਨ ਪੂਰਾ ਰਸਤਾ ਬੰਦ ਸੀ ਤੁਹਾਡੇ ਕਿ ਬਹੁਤ ਗੁੱਸੇ ਸਾਡੇ ਚਾਹਦੇ ਨਹੀਂ ਕੋਈ ਬਾਤ ਬਸ ਜ਼ਿਆਦਾ ਰਿਕਾਰਡਿੰਗ ਕਰ ਰਹੇ ਹਾਂ ਆਪਿਆ ਕੋ ਟਾਈਮ ਨਹੀਂ ਦਿੱਤਾ 2 ਮਿੰਟ ਭਾਈ ਚਲੋ ਆਪਣਾ ਸਮਾਨ ਜਿਹੜਾ ਥੋੜਾ ਦਾ ਕੱਢੋ ਇਹਨਾਂ ਨਾਲ ਆਉਂਦੇ ਰੁਕਾ ਸਕਦੇ ਸਰ ਸ਼ਕਲ ਵੀ ਨਹੀਂ ਮੇਰੀ ਆ ਬੰਦਾ ਕੱਲੇ ਬੰਦੇ ਨੇ ਨਾ ਰੁਕਾ ਦਾ ਸਰ ਰੁਕਾਇਆ ਦੇ 2 ਐਮਪੀ ਨਹੀਂ ਕਰ ਸਕਦੇ ਅੱਜ ਤੱਕ ਅਸੀਂ ਕੁਲਵਿੰਦਰ ਸਿੰਘ ਨੂੰ ਸ਼ਕਲ ਨਹੀਂ ਦੇਖੀ ਦੀ ਤੇ ਇੱਧਰ ਕੋਈ ਸ਼ਕਲ ਨਹੀਂ ਦੇਖੀ ਕੋਈ ਜੁਗਲ ਕਿਸ਼ੋਰ ਵਾਲਾ ਕਿਸੇ ਨੂੰ ਕੋਈ ਪਤਾ ਨਹੀਂ ਜੁਗਲ ਕਿਸ਼ੋਰ ਕਿੱਥੇ ਹੈ ਤੁਹਾਡੇ ਲੋਕ ਰਿਫਿਊਜੀ ਲੋਕ ਹਨ ਤੁਹਾਡਾ ਤੇ ਮਦਦ ਵੈਸੇ ਕਰਨੇ ਵਾਸਤੇ ਗਵਰਨਮੈਂਟ ਕਮਿਟਮੈਂਟ ਹੈ ਬਾਹਰ ਦੇ ਆਦਮੀ ਕਿੰਨੇ ਮੁਸ਼ਕਲ ਹੈ ਔਰ ਇਹ ਨਹੀਂ ਸਿਰਫ ਤੁਸੀਂ ਦੱਸਦੇ ਅਸੀਂ ਅਹਿਸਾਸ ਕਰਨਾ ਤੁਹਾਡੇ ਨਾਲ ਖੜੋਤੇ ਦੇ ਮੁਸ਼ਕਲ ਦੀ ਘੜੀ ਹੈ ਬੱਚਿਆਂ ਸੇ ਪਰੇਸ਼ਾਨੀ ਹੈ ਫੋਰਸ ਲੈ ਕੇ ਅੰਦਰ ਜਿਸ ਤਰ੍ਹਾਂ ਅਸੀਂ ਕੋਈ ਗੁੰਡਾ ਕਰੇ ਇਹ ਕੋਈ ਗੁੰਡਾ ਕਰੇ ਕੋਈ ਪ੍ਰੋਬਲਮ ਹੈ ਕੋਈ ਪੰਸਲ ਲਾਈਨ ਜਾ ਕੇ ਮੈਡਮ ਬਣਾਉਣ ਦਿੰਦੇ ਉੱਥੇ ਬਿਠਾਉਂਦੇ ਉਹਦੇ ਨਾਲ ਮੈਂ 19 ਕਰੋੜ ਦੇ ਫਲੈਟ ਸੋਨੀਆ ਗਾਂਧੀ ਕੋਲ ਬਣਾਏ ਨੇ ਤੁਸੀਂ ਇਹ 5 ਸਾਲ ਦੇ ਫਲੈਟ ਕਿਸੇ ਨੂੰ ਦੇ ਨਹੀਂ ਸਕੇ ਕਮ ਸੇ ਕਮ ਘੜੀ ਸਾਡੀ ਬੀਬੀ ਵਸਾਈ ਨਹੀਂ ਉੱਥੇ ਹੁਣ ਬਣਾਏ ਅਸੀਂ ਕਿ ਲੋਕਲ ਨਮਾਇੰਦੇ ਨੇ ਨਹੀਂ ਵਸਾਏ ਅਜੇ ਲੋਕਾਂ ਨੇ ਸੋਨੀਆ ਗਾਂਧੀ ਨੂੰ ਪੈਸਾ ਲਿਆ ਕੇ ਜੀਐਸਟੀ ਉਸਕੇ ਸਾਥ ਮੈਂ ਹੂੰ ਰੂਹਾਨੀ ਮੇਰੇ ਪਿੱਛੇ ਜਿਸ ਤਰ੍ਹਾਂ ਕਿ ਆਪ ਦ੍ਰਿਸ਼ ਦੇਖ ਰਹੇ ਹੈ ਕਾਫੀ ਦਰਦਨਾਕ ਹੈ ਕਿਉਂਕਿ ਕੁਛ ਸਮੇਂ ਪਹਿਲੇ ਯਹਾਂ ਪਰ ਕਿਸੀ ਕਾ ਆਸ਼ਿਆਨਾ ਥਾ ਇੱਕ ਖੂਬਸੂਰਤ ਸਾ ਘਰ ਥਾ ਜਹਾਂ ਪਰ ਲੋਕ ਆਪਣੇ ਪਰਿਵਾਰ ਕੇ ਸਾਥ ਰਹਤੇ ਥੇ ਔਰ ਅਪਨਾ ਜੀਵਨ ਬਤੀਤ ਕਰਤੇ ਥੇ ਲੇਕਿਨ ਕੱਲ ਸ਼ਾਮ ਕੋ ਅਚਾਨਕ ਹੀ ਜੇਸੀਬੀ ਮਸ਼ੀਨਸ ਯਹਾਂ ਪਰ ਪਹੁੰਚਤੀ ਹੈ ਐਡਮਿਨਿਸਟ੍ਰੇਸ਼ਨ ਕੇ ਤਮਾਮ ਅਧਿਕਾਰੀ ਉਨਕੇ ਸਾਥ ਹੋਤੇ ਹੈ ਔਰ ਵਹਾਂ ਪਰ ਪੂਰਾ ਤੰਤਰ ਯਹਾਂ ਪਰ ਮੌਜੂਦ ਹੋਤਾ ਹੈ ਔਰ ਇਨ ਘਰੋਂ ਕੋ ਜੋ ਹੈ ਯਹਾਂ ਪਰ ਉਸ ਪਰ ਪੀਲਾ ਪੰਜਾ ਚਲਾਇਆ ਜਾਤਾ ਹੈ ਤਸਵੀਰੇ ਮੈਂ ਆਪਕੋ ਬਿਲਕੁਲ ਯਹਾਂ ਪਰ ਏਅਰਪੋਰਟ ਕੇ ਸਾਥ ਸਟੇ ਹੋਏ ਇਸ ਇਲਾਕੇ ਸੇ ਦਿਖਾ ਰਹੀ ਹੂੰ ਯਹਾਂ ਪਰ ਕਹਾ ਜਾ ਰਹਾ ਥਾ ਕਿ ਏਅਰਪੋਰਟ ਕੀ ਐਕਸਪੈਂਸ਼ਨ ਕਰਨੀ ਹੈ ਯਾਨੀ ਕਿ ਉਸਕੋ ਜੋ ਹੈ ਵਿਸਤਾਰ ਕਰਨਾ ਹੈ ਔਰ ਉਸਕੇ ਲਈ ਜ਼ਮੀਨ ਕੀ ਜ਼ਰੂਰਤ ਥੀ ਕਾਫੀ ਸਮੇਂ ਸੇ ਯੇ ਲੋਕ ਜੋ ਥੇ ਵੋ ਸੰਘਰਸ਼ ਕਰ ਰਹੇ ਥੇ ਔਰ ਕੋਰਟ ਕਾ ਦਰਵਾਜ਼ਾ ਤੱਕ ਖਟਖਟਾ ਦਿਆ ਗਿਆ ਲੇਕਿਨ ਇੱਕ ਖੂਬਸੂਰਤ ਸਾ ਆਸ਼ਿਆਨਾ ਅੱਜ ਇਨਕੇ ਸਾਹਮਣੇ ਨਹੀਂ ਹੈ ਔਰ ਅੱਜ ਲੋਕ ਜੋ ਹੈ ਬੇਘਰ ਹੋ ਚੁੱਕੇ ਹੈ ਲੋਕ ਜੋ ਹੈ ਯਹਾਂ ਪਰ ਬਿਲਕੁਲ ਇਸ ਤਰ੍ਹਾਂ ਸੇ ਬੈਠੇ ਹੋਏ ਹੈ ਇੱਕ ਸੋਚ ਕੇ ਸਾਥ ਕਿ ਆਖਿਰਕਾਰ ਜਾਏ ਤੋ ਜਾਏ ਕਹਾਂ ਆਖਿਰਕਾਰ ਕਹਾਂ ਪਰ ਰਹੇਂਗੇ ਠੰਡ ਕਾ ਮੌਸਮ ਹੈ ਔਰ ਕੱਲ ਕੀ ਬਾਤ ਕੀ ਜਾਏ ਤੋ ਕੱਲ ਜੋ ਥਾ ਬਾਰਿਸ਼ ਹੋ ਰਹੀ ਥੀ ਔਰ ਬਾਰਿਸ਼ ਮੇਂ ਹੀ ਇਸ ਤਰ੍ਹਾਂ ਸੇ ਜੇ ਸੀ ਬੀ ਮਸ਼ੀਨਸ ਜੋ ਥੀ ਇਨ ਤਮਾਮ ਮਕਾਨੋ ਪਰ ਚਲਾਈ ਗਈ ਪੱਕੇ ਮਕਾਨ ਥੇ ਲੇਕਿਨ ਆਜ ਇਹ ਸਭ ਜੋ ਹੈ ਮਲਬੇ ਮੇਂ ਤਬਦੀਲ ਹੋ ਚੁੱਕਾ ਹੈ ਘਰ ਨਹੀਂ ਹੈ ਸਿਰਫ ਯਹਾਂ ਪਰ ਆਪਕੋ ਮਲਬਾ ਹੀ ਮਲਬਾ ਜੋ ਹੈ ਵੋ ਨਜ਼ਰ ਆਏਗਾ ਤੋ ਯਹਾਂ ਪਰ ਲੋਕ ਅਭੀ ਵੀ ਜੋ ਹੈ ਆਪਣਾ ਕੁਛ ਜ਼ਰੂਰੀ ਸਮਾਨ ਜੋ ਬਿਲਕੁਲ ਇਸ ਮਲਬੇ ਕੇ ਨੀਚੇ ਦਬ ਚੁੱਕਾ ਹੈ ਕਿਉਂਕਿ ਵੋ ਇੱਕ ਐਸਾ ਸਮੇਂ ਥਾ ਜਬ ਲੋਕੋ ਕੋ ਆਪਣਾ ਸਮਾਨ ਨਿਕਾਲਨੇ ਕੇ ਲਿਏ ਵੀ ਮੁਹਲਤ ਨਹੀਂ ਦੀ ਗਈ ਸਮਾਨ ਲੋਕੋ ਨੇ ਨਹੀਂ ਨਿਕਾਲਾ ਔਰ ਪੂਰਾ ਕਾ ਪੂਰਾ ਇਸ ਤਰ੍ਹਾਂ ਸੇ ਮੰਜ਼ਰ ਜੋ ਹੈ ਵੋ ਦੇਖਨੇ ਕੋ ਮਿਲਾ ਯਹਾਂ ਪਰ ਆਪ ਦੇਖ ਸਕਤੇ ਹੈ ਕਿ ਮਹਿਲਾਏ ਅਭੀ ਵੀ ਯਹਾਂ ਪਰ ਇਸ ਸੋਚ ਕੇ ਸਾਥ ਹੈ ਕਿ ਠੰਡ ਕਾ ਮੌਸਮ ਹੈ ਆਸ਼ਿਆਨਾ ਨਹੀਂ ਹੈ ਸਰ ਪਰ ਛੱਤ ਨਹੀਂ ਹੈ ਆਖਿਰਕਾਰ ਹਮ ਜਾਏਂਗੇ ਕਹਾਂ ਔਰ ਏਅਰਪੋਰਟ ਕੋ ਵਿਸਤਾਰ ਕਰਨੇ ਕੀ ਬਾਤ ਕੀ ਜਾ ਰਹੀ ਹੈ ਵਿਕਾਸ ਕੀ ਬਾਤ ਕੀ ਜਾ ਰਹੀ ਹੈ ਲੇਕਿਨ ਕਹੀਂ ਨਾ ਕਹੀਂ ਅੱਜ ਲੋਕ ਜੋ ਹੈ ਬੇਘਰ ਹੋ ਚੁੱਕੇ ਹੈ ਔਰ ਅਬ ਯਹੀ ਇੱਕ ਔਰ ਸਿਲਸਿਲਾ ਇਹ ਵੀ ਹੁਆ ਕਿ ਜਬ ਕੱਲ ਸ਼ਾਮ ਕੋ ਇਸ ਤਰ੍ਹਾਂ ਸੇ ਇਹ ਪੂਰੇ ਸੂਰਤ ਹਾਲ ਬਣੇ ਉਸ ਸਮੇਂ ਪੂਰਾ ਇਸ ਇਲਾਕੇ ਕੋ ਇਸ ਤਰ੍ਹਾਂ ਸੇ ਤਬਦੀਲ ਕੀਆ ਗਿਆ ਕਿ ਜਾਮ ਕੀ ਸਥਿਤੀ ਉਤਪੰਨ ਹੋ ਗਈ ਸਤਵਾਰੀ ਸੇ ਜੋ ਇਲਾਕਾ ਯਹਾਂ ਪਰ ਇਹ ਜੋ ਪੂਰਾ ਇੱਕ ਇਲਾਕਾ ਇਹ ਏਅਰਪੋਰਟ ਕੀ ਤਰਫ ਆਤਾ ਹੈ ਵਹਾਂ ਪਰ ਜੋ ਹੈ ਤਾਰਬੰਦੀ ਕਰ ਦੀ ਗਈ ਗਾੜੀਓ ਕੀ ਆਵਾਜਾਹੀ ਵਹਾਂ ਪਰ ਠੱਪ ਰਹੀ ਲੇਕਿਨ ਪੀਛੇ ਅਗਰ ਇਲਾਕੇ ਕੀ ਬਾਤ ਕੀ ਜਾਏ ਤੋ ਗਾਂਧੀ ਨਗਰ ਵ ਗੰਗਿਆਲ ਮੇਂ ਵਹਾਂ ਪਰ ਜੋ ਥਾ ਸੀਧੇ ਤੌਰ ਪਰ ਸਤਵਾਰੀ ਸੇ ਜੋ ਸਟਾ ਹੁਆ ਇਲਾਕਾ ਥਾ ਵਹਾਂ ਪਰ ਜਾਮ ਕੀ ਸਥਿਤੀ ਉਤਪੰਨ ਹੋ ਗਈ ਬਾਰਿਸ਼ ਹੋ ਰਹੀ ਥੀ ਲੇਕਿਨ ਬਾਰਿਸ਼ ਕੇ ਸਾਥ ਸਾਥ ਕੁਛ ਲੋਕੋ ਕੇ ਆਂਖੋ ਸੇ ਆਂਸੂ ਵੀ ਨਿਕਲ ਰਹੇ ਥੇ ਔਰ ਯਹਾਂ ਪਰ ਅਗਰ ਹਮ ਕਹੇ ਤੋ ਮਹਿਲਾਏ ਅਭੀ ਵੀ ਜੋ ਹੈ ਯਹਾਂ ਪਰ ਸਮਾਨ ਜੋ ਹੈ ਆਪਣੇ ਢੂੰਢਣੇ ਕੀ ਕੋਸ਼ਿਸ਼ ਕਰ ਰਹੀ ਹੈ
काफी ज्यादा यहाँ पर जो थे लोग जो हैं आज दुख में हैं कि आखिरकार जाएंगे कहाँ, और सामान जो है वो टटोलने की कोशिश कर रही हैं। कुछ ज़रूरी सामान इन्होंने यहाँ पर रखा होगा तो वही टटोलने की कोशिश कर रही हैं। आज घर नहीं है, हर तरफ जो है वो इस तरह से मंजर है कि लोग यहाँ पर आपको नज़र आएंगे। पूरी रात ये लोग यहीं पर सोए हैं, पूरी रात यहीं पर रहे हैं। हालांकि अभी मौसम साफ नज़र आ रहा है, लेकिन कल बारिश हो रही थी, पूरी रात बारिश भी हुई। लोग जो है आपको किस तरह से यहाँ पर दिखेंगे, यहाँ से आप देख सकते हैं कि लोग यहाँ पर अपना जो घर के निर्माण में पूरी जो यहाँ पर चीज़ें इस्तेमाल होती हैं सरिये हटाने की कोशिश कर रहे हैं ताकि कुछ जो सामान इन्होंने रखा था वो इनको मिल सके। और यहाँ पर अगर मैं कहूँ तो बुज़ुर्ग महिलाएँ भी आपको नज़र आएंगी, इस उम्र में भी बेघर हो चुकी हैं और छत नहीं है सर पर, ये बड़ी बात है। यहाँ पर ये पूरा एक मंजर जो है तबाही का मंजर है। लोग बिल्कुल जो है सन्न हो चुके हैं, चुपचाप हो चुके हैं और ये सवाल कर रहे हैं कि हमने अदालत का दरवाज़ा भी खटखटाया, हमने यहाँ पर विरोध भी दर्ज किया, क्योंकि ये पहली मर्तबा नहीं था जब इस तरह से जेसीबी मशीन यहाँ पर आती हैं और पीला पंजा जो है इन पर चलाया जाता है। इससे पहले भी इस तरह का माहौल बना था, लेकिन उस समय महिलाएं सड़कों पर उतरी थी, विरोध प्रदर्शन का सिलसिला जारी हुआ था। लेकिन इस बार भी विरोध प्रदर्शन हुआ, लेकिन किसी ने इनकी नहीं सुनी और पीला पंजा जो है इन घरों पर चला दिया गया। पक्के मकान जो है यहाँ पर ढह गए और सिर्फ यहाँ पर इस तरह का मंजर नज़र आ रहा है। जहाँ पर आपको ये देखिए, अभी जो है कांग्रेस के वरिष्ठ नेता रमन भल्ला भी यहाँ पर आपको तस्वीरों में नज़र आएंगे, इन लोगों से मिलने की कोशिश कर रहे हैं। यहाँ पर जो सूरत हाल है वो जो है जानने की कोशिश कर रहे हैं, लोगों से जानने की कोशिश कर रहे हैं आखिरकार कल शाम को हुआ क्या था। और महिलाएँ जो हैं विलाप कर रही हैं। और भला साहब क्या कहना चाहेंगे, तबाही का मंजर है। बिल्कुल तबाही है और मैं समझता हूँ कि ये कई देर का ये सिलसिला चल रहा था। यहाँ पे रिहैबिलिटेशन जो पॉलिसी थी उसके तहत इनको राहत देनी चाहिए थी, विलंबता यहाँ पे हुई है। और मैं समझता हूँ कल बारिश के मौसम में बच्चों को लेकर ये कहाँ पे जाते, कोई इस ढंग का कहीं पर भी कोई एटीट्यूड सरकार ने यहाँ पे नहीं दिखाया। और जिस ढंग से यहाँ के लोगों को दिखते हैं यहाँ पे थी बेली चराना में इनको प्रॉपर तौर पे रिहैबिलिट करते, जिसके हमने वर्मा साहब जब डीसी थे तब से ये केस वहाँ पे लगा था, तो वहाँ पे इनको रहने की सारी सुविधा भी यहाँ पे थी। और मैं समझता जहाँ पे पहुँचाया गया वहाँ पे अभी तक पूरी व्यवस्था यहाँ पे ठीक नहीं है और ये लोग कहाँ पे जाएं, दिखते हैं इनकी है, हम सब लोग बढ़ रही है, मौसम जो है करवट ले रहा है, कहीं ना कहीं बुजुर्ग महिलाएं भी यहाँ पर है, सेहत का भी हैंडीकैप भी है यहाँ के बच्चे चरणजीत को, और वो हैंडीकैप है कहाँ पे जाएंगे ये बच्चे। और ये प्रॉपर तौर पे इनको मार्केट रेट यहाँ पे मिलता तो ये जाने के विकास के रास्ते में हम कभी ओडा नहीं डालते, लेकिन गरीब आदमी को दरकनार करके विकास वो कहीं देखने को नहीं मिलता। सीधे तौर पर विकास की बात तो की जा रही है, लेकिन कहीं ना कहीं गरीब आदमी पर जो है इसकी मार पड़ रही है। आपको तस्वीरें हम यहाँ से दिखा रहे हैं और यही बताने की कोशिश कर रहे हैं कि किस तरह का फिलहाल का सूरत हाल है। लोग बेघर है, घर पर जो है कहीं ना कहीं जो सामान जो है वो रखा हुआ था वो भी नहीं मिल रहा है, टटोलने की कोशिश कर रहे हैं। और लोग जो है ये जानने की कोशिश कर रहे हैं कि आखिरकार इसके बाद क्या होगा, भविष्य क्या होगा, कहाँ पर जाएंगे और कहाँ पर जो है अपना रैन बसेरा फिर से बसाएंगे। इसी के साथ कैमरामैन गुलशन कुमार के साथ मैं रूहानी आपसे विदा लेती हूँ। नमस्कार।